ਸੁਭਾਵਕ ਇੱਕ ਗੱਲ ਯਾਦ ਆਈ ਹੈ, ਮੈਂ ਫਿਰ ਪੁਸ਼ਟੀ ਕਰਾਂ। ਚੌਥੀ ਕਲਾਸ ਮੈਂ ਪੜ੍ਹਦਾ ਹੁੰਦਾ ਸੀ ਖਾਲਸਾ ਸਕੂਲ ਦੇ, ਹੁਣ ਤੇ ਖਾਲਸਾ ਸਕੂਲ ਨਾਮ ਮਾਤਰ ਨੇ, ਸਿਰਫ ਨਾਮ ਮਾਤਰ, ਹੋਰ ਕੁਛ ਨਹੀਂ ਨੇ। ਗਿਆਨੀ ਹਰੀ ਸਿੰਘ ਸਾਡੇ ਗਿਆਨੀ ਟੀਚਰ ਹੁੰਦੇ ਸਨ, ਤੇ ਉਹਨਾਂ ਨੇ ਇੱਕ ਆਪ ਬੀਤੀ ਬੱਚਿਆਂ ਨੂੰ ਉਸ ਦਿਨ ਸੁਣਾਈ ਬਿਠਾ ਕੇ। ਇੱਧਰ ਪਾੜਾ ਚਿਨਾਰ ਦਾ ਇਲਾਕਾ ਫਰੰਟੀਅਰ ਵਿੱਚ, ਠੰਡਾ ਹਿਲ ਸਟੇਸ਼ਨ ਹੈ, ਤੇ ਗਰਮੀਆਂ ਦੇ ਦਿਨਾਂ 'ਚ ਉੱਥੇ ਕਾਫੀ ਜੋ ਹੈ ਸੈਲਾਨੀ ਪਹੁੰਚਦੇ ਨੇ। ਉੱਥੇ ਇੱਕ ਛੋਟਾ ਜਿਹਾ ਸਰੋਵਰ, ਤੇ ਗਿਆਨੀ ਜੀ ਕਹਿੰਦੇ ਉੱਥੇ ਇੱਕ ਸੱਜਣ ਨਾ ਰਿਹਾ ਸੀ, ਨਾਲ ਉਸਦਾ ਛੋਟਾ ਬੱਚਾ, ਤੇ ਇੱਕ ਹੋਰ ਸੈਲਾਨੀ ਉਸਦੀ ਸ਼ਕਲ ਸੂਰਤ ਤੋਂ ਇੰਝ ਪਤਾ ਚੱਲੇ ਕਿਸੇ ਯੂਰਪ ਦੇ ਦੇਸ਼ 'ਚ ਆਇਆ, ਕੈਮਰਾ ਉਸਦੇ ਕੋਲ ਥਾਂ ਥਾਂ ਦੀਆਂ ਫੋਟੋਆਂ ਲੈਂਦਾ ਫਿਰਦਾ ਸੀ। ਉਹ ਜਿਹੜਾ ਨਹਾ ਰਿਹਾ ਅਚਨ 'ਚ ਉਸਦਾ ਬੱਚਾ ਡੂੰਘੇ ਪਾਣੀ 'ਚ ਚਲਾ ਗਿਆ, ਤੇ ਉਹਨੇ ਚੀਖਣਾ ਸ਼ੁਰੂ ਕੀਤਾ, ਬਚਾਓ ਮੇਰੇ ਇਸ ਬੱਚੇ ਨੂੰ ਬਚਾਓ। ਯੂਰਪ ਤੋਂ ਆਇਆ ਹੋਇਆ ਉਹ ਸਿਆਹ, ਉਹਨੇ ਗੱਲ 'ਚੋਂ ਕੈਮਰਾ ਨਹੀਂ ਉਤਾਰਿਆ, ਕੱਪੜੇ ਨਹੀਂ ਉਤਾਰੇ, ਉਹਨੇ ਸੋਚਿਆ ਜੀ ਇਤਨੀ ਮੈਂ ਦੇਰ ਕੀਤੀ ਬੱਚਾ ਡੁੱਬ ਜਾਏਗਾ, ਇਕਦਮ ਛਾਲ ਮਾਰ ਦਿੱਤੀ ਭੱਜ ਕੇ। ਡੂੰਘੇ ਪਾਣੀ ਵਿੱਚੋਂ ਉਹ ਬੱਚੇ ਨੂੰ ਕੱਢ ਕੇ ਲਿਆਇਆ, ਔਰ ਉਸ ਮਾਰਵਾੜੀ ਨੇ ਬੱਚੇ ਨੂੰ ਗੱਲ ਨਾਲ ਲਾਇਆ, ਪਿਆਰ ਕੀਤਾ, ਇਕਦਮ ਚੱਲ ਪਿਆ। ਕਹਿੰਦਾ ਯੂਰਪ ਤੋਂ ਆਇਆ ਇਹ ਸਿਆਹ ਘੂਰ ਘੂਰ ਕੇ ਵੇਖੇ, ਤੇ ਮੱਥੇ ਤੇ ਦੀਵੜੀਆਂ ਵੀ ਪੈ ਗਈਆਂ। ਗਿਆਨੀ ਹਰੀ ਸਿੰਘ ਕਹਿੰਦੇ ਨੇ ਮੈਂ ਕੋਲ ਗਿਆ, ਵੀ ਤੂੰ ਇਤਨਾ ਵੱਡਾ ਪਰਉਪਕਾਰ ਦਾ ਕੰਮ ਕੀਤਾ, ਤੇਰੇ ਮੱਥੇ ਤੇ ਵੱਟ ਕਿਉਂ ਪੈ ਗਿਆ, ਇਹ ਤੀਵੜੀ ਕਿਉਂ ਪੈ ਗਈ, ਇਹ ਤੇ ਨਹੀਂ ਪੈਣੀ ਚਾਹੀਦੀ ਸੀ। ਉਹ ਆਖਣ ਲੱਗਾ ਗੱਲ ਇੰਨੀ ਹੈ ਕਿ ਸਾਡੇ ਦੇਸ਼ 'ਚ ਕੋਈ ਛੋਟੀ ਮੋਟੀ ਚੀਜ਼ ਕਿਸੇ ਦੀ ਗਿਰੀ ਹੋਈ ਚੁੱਕ ਕੇ ਦੇ ਦੇਵੇ, ਅਗਲਾ ਥੈਂਕਸ ਜ਼ਰੂਰ ਕਰਦਾ। ਤੇ ਮੈਂ ਗਹਿਰੇ ਪਾਣੀ 'ਚ ਗਿਆ, ਜ਼ਿੰਦਗੀ ਨੂੰ ਹਥੇਲੀ 'ਤੇ ਰੱਖਿਆ, ਬੱਚੇ ਨੂੰ ਕੱਢ ਕੇ ਲਿਆਇਆ, ਉਹਨੇ ਆਪਣੇ ਬੱਚੇ ਨਾਲ ਤੇ ਪਿਆਰ ਕੀਤਾ, ਉਹਨੂੰ ਵੀ ਗੱਲ ਨਾਲ ਲਾਇਆ, ਲੈ ਕੇ ਵੀ ਚਲਾ ਗਿਆ, ਮੇਰੀ ਤਰਫ ਵੇਖਿਆ ਤੱਕ ਵੀ ਨਹੀਂ, ਧੰਨਵਾਦ ਤੇ ਇੱਕ ਪਾਸੇ ਵੇਖਿਆ ਤੱਕ ਵੀ ਨਹੀਂ। ਮੈਂ ਇਸ ਗੱਲ 'ਤੇ ਹੈਰਾਨ ਹਾਂ। ਗਿਆਨੀ ਹਰੀ ਸਿੰਘ ਦੇ ਬੋਲ ਸਨ, ਕਹਿੰਦੇ ਨੇ ਮੈਂ ਜਵਾਬ ਦਿੱਤਾ ਕਿ ਉਹ ਦੇਸ਼ ਹੈ ਜਿਸ ਦੇਸ਼ ਦੇ ਬੱਚਿਆਂ ਦੀ ਬਚਾਉਣ ਦੀ ਖਾਤਰ ਜਿਸਨੇ ਆਪਣੇ ਬੱਚੇ ਖੁਆ ਦਿੱਤੇ ਸਨ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਦੀ ਖਾਤਰ ਜਿਸਨੇ ਆਪਣਾ ਪਿਤਾ ਸ਼ਹੀਦ ਕਰਾ ਦਿੱਤਾ ਸੀ, ਇਹਨਾਂ ਨੇ ਉਸਦਾ ਧੰਨਵਾਦ ਨਹੀਂ ਕੀਤਾ, ਤੇਰਾ ਕੀ ਹੱਕ ਕਰਨਗੇ। ਅਹਿਸਾਨ ਫਰਾਮੋਸ਼ੀ ਇਸ ਜ਼ਰਰੇ ਜ਼ਰਰੇ ਵਿੱਚ ਸਮਾਈ ਹੋਈ ਹੈ। ਚਾਹੀਦਾ ਤੇ ਇਹ ਹੈ ਕਿ ਸਾਰਾ ਹਿੰਦੁਸਤਾਨ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਹਿਸਾਨ ਦੇ ਥੱਲੇ ਦੱਬੇ ਤੇ ਮੰਨੇ, ਤੇ ਉਲਟਾ ਪੁੱਠੇ ਪੈਂਦੇ ਪੈਣੇ, ਉਲਟਾ ਉਸ ਸੰਸਕ੍ਰਿਤੀ ਨੂੰ ਮਿਟਾਉਣ ਦੀ ਕੋਸ਼ਿਸ਼ ਹੈ, ਔਰ ਉਹਨਾਂ ਨੂੰ ਸਾਡੀ ਕਮਜ਼ੋਰੀ ਵੀ ਦਿਸ ਪਈ ਹੈ, ਵੀ ਇਹ ਤੇ ਆਪਸ ਵਿੱਚ ਹੀ ਲੜਦੇ ਨੇ, ਜਿਹੜੀ ਤਾਕਤ ਇਹਨਾਂ ਕੋਲ ਹੈ ਆਪਸ ਵਿੱਚ ਹੀ ਲੜਦੇ ਨੇ, ਜਿਹੜਾ ਆਪਸ ਵਿੱਚ ਲੜੇ ਕੌਮ ਦਰੋਈ ਹੈ, ਬਸ ਇੰਨਾ ਸਮਝ ਲਓ, ਉਹੀ ਗੁਰੂ ਦਰੋਈ ਹੈ।